हमारी वीडियो अच्छी लगे तो सब्सक्राइब जरूर करें। ਸਲੋਟ ਸਹੀ ਨਹੀਂ ਵਜਿਆ ਇਹ ਪਤਾ ਤਾਂ ਇਹ ਫਾਟਕ ਦਾ ਇਹ ਔਜਰੀ ਕੱਢ ਲੈਂਦਾ ਔਜਰੀ ਸਲੋਟ ਮਾਰ ਸਰ ਜੀ ਮੇਰਾ ਕੱਦ ਛੋਟਾ ਹੈ ਜੀ ਆ ਕੱਦ ਦੀ ਗੱਲ ਨਹੀਂ ਤਾਕਤਾਂ ਦੀ ਗੱਲ ਇਹ ਸਫਾਰਸ਼ੀ ਵਰਤੀ ਹੋਏ ਸਫਾਰਸ਼ੀ ਹੈ ਮਾਰ ਸਲੋਟ ਆ ਤੂੰ ਵੀ ਮਾਰ ਫਾਰਮੀ ਚੂਚੇ ਦੇ ਪੁੱਤਰ ਆ ਸਿੱਧਾ ਖਲੋ ਹੁਣ ਮਾਰ ਸਲੋਟ ਸਲੋਟ ਮਾਰ ਔਰ ਆਵੇ ਨਾ ਹੋਰ ਹੋ ਰਿਹਾ ਹੋਰ ਉੱਤਾ ਚੜੇ ਅਮਨੇ ਉੱਤਾ ਚੜੇ ਅਮਨੇ ਆ ਮਾਰ ਸਲੋਟ ਤੇ ਸਲੋਟ ਮਾਰਿਆ ਮੇਰੀਆਂ ਨਾਸਾਂ ਹੀ ਬਣੀਆਂ ਨਹੀਂ ਲਾਂਤੀਆਂ ਪਤਾ ਹੈ ਮੈਂ ਤੁਹਾਨੂੰ ਕਿਉਂ ਫਸਿਆ ਹੈ ਇੱਥੇ ਬੰਦਾ ਹੋ ਗਿਆ ਕਤਲ ਜਿਨ੍ਹਾਂ ਦਾ ਕਤਲ ਹੋਇਆ ਉਹ ਆਉਂਦੇ ਪਏ ਉਹਨਾਂ ਕਰਨੀ ਹੈ ਸ਼ਨਾਖਤ ਜੇ ਤੁਹਾਡੇ 'ਚ ਕੋਈ ਬੰਦਾ ਕਾਤਲ ਹੋਇਆ ਤੇ ਉਸ ਕੋਈ ਨਹੀਂ ਬਚਣਾ ਫਾਟਕ ਦੇ ਕੋਲੋਂ ਇਹ ਮੈਂ ਤੁਹਾਨੂੰ ਦੱਸ ਲਵਾਂ ਇੱਕ ਦੋ ਤੂੰ ਵੀ ਕਾਤਲ ਹੈ ਕਿ ਮਸੀਤ 'ਚ ਨਸਿਆ ਸਦਕੇ ਬਾਈ ਸਦਕੇ ਆ ਕਾਲੀ ਕੁੱਕੜੀ ਕਾਤਲ ਹੈ ਤੁਸੀਂ ਵੀ ਕਾਤਲ ਹੋ ਸਕਦਾ ਠੀਏ ਨਾਲ ਇਸੇ ਬੰਦਾ ਮਾਰ ਖਤੇ ਹੋਵੇ ਆਏ ਮਾਲੂਮ ਹੁੰਦਾ ਇਹਦੀ ਤਬੀਅਤ ਹੀ ਕਾਤਲਾ ਤਰ੍ਹਾਂ ਇਹ ਸਿਰ ਤੇ ਰੱਤੀ ਪੱਟੀ ਬੱਧਿਆ ਹੋ ਆ ਕਿਸੇ ਕੁੱਲੀ ਦਾ ਪੋਤਰ ਹੈ ਸਦਕੇ 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 ਰੰਬੀ ਦੇ ਮੂੰਹ ਵਾਲਿਆ ਸਦਕੇ ਇਹੀ ਕਾਤਲ ਹੁਣ ਆਉਂਦੇ ਪੈ ਸ਼ਨਾਖਤ ਤੁਹਾਡੀ ਲੈਣੀ ਤੁਹਾਡੇ ਚ ਇੱਕ ਕਾਤਲ ਪਹਿਚਾਣ ਚ ਆ ਗਿਆ ਉਸ ਨੂੰ ਫਾਟਕ ਨਾ ਸਟੇ ਸੀ ਉਹਦੀ ਓਜਰੀ ਕੱਟ ਓਜਰੀ ਕੱਟ ਲੈ ਸੀ ਓਜਰੀ ਆ ਜਾਂਦੇ ਹੁਣ ਆ ਜਾਂਦੇ ਆ ਸਲੂਟ ਮਾਰੋ ਇਹ ਗੱਲ ਮੁੱਕੀ ਇੱਥੇ ਹੁਣ ਜ਼ਰਾ ਮੈਨੂੰ ਤਸਵੀਸ਼ ਦਿਓ ਆਇਓ ਕਿਸੇ ਨਾਲ ਰੋਟੀ ਖਾਣਾ ਤਾਂ ਇੱਥੋਂ ਪੁੱਛਿਆ ਫੌਤ ਹੋਇਆ ਖਾਲਾ ਰੋਟੀ ਖਾਧੀ ਏ ਖਾਧੀ ਕਿਸੇ ਨਾਲ ਖਾਧੀ ਏ ਮੁਰਗੀ ਨਾਲ ਇੱਥੇ ਗੱਲ ਮੁੱਕੀ ਨਾ ਮੁਰਗੀ ਨਾਲ ਆਇਓ ਅਬੂ ਤੂੰ ਕੀਤਾ ਹੋਇਆ ਕੋਈ ਨਹੀਂ ਆ ਤੁਹਾਡੇ ਵੱਡ ਕੇ ਇੰਜ ਬਗੈਰ ਬੂਸੂ ਤੂੰ ਫੌਤ ਹੋ ਗਿਆ ਅਸਲਾਮ ਵਾਲੇਕੁਮ ਬੰਦਾ ਚੰਗਾ ਹੈ ਆਇਓ ਕਿੱਥੇ ਰਹਿਣਾ ਹੈ ਬਾਗੜਪੁਰ ਹੈ ਬਾਗੜਪੁਰ ਆਇਓ ਉੱਥੇ ਕਿਉਂ ਰਹਿਣਾ ਹੈ ਬਾਗੜਪੁਰ ਦੇ ਪੋਤਰਾ ਮਰਾ ਆਇਓ ਕੀ ਨਾਂ ਤੇਰਾ ਮੇਰਾ ਨਾਂ ਜੀ ਮਹਾਰਾ ਕੇ ਤੇ ਪਿਓ ਦੇ ਨਾਂ ਮਹਾਰਾਂ ਜਗਲਾਰਾ ਤੇ ਵਲਦੀਅਤ ਵਲਦੀਅਤ ਮੇਰੇ ਪਿਓ ਦੀ ਵਲਦੀਅਤ ਜਾਂ ਮੇਰੀ ਆ ਤੇਰੀ ਵਲਦੀਅਤ ਕੀ ਹੈ ਵਲਦੀਅਤ ਮਹਾਰਾਂ ਜਗਲਾਰਾ ਅੱਛਾ ਯਾਨੀ ਕਿ ਪਿਓ ਤੇਰੇ ਦੇ ਨਾਲ ਰਾਂਝਾ ਇਹ ਹੈ ਤਾਂ ਵਲਦੀ ਆ ਤੇ ਆ ਤੇਰੀ ਕਈ ਇਹ ਵਲਦੀ ਆ ਕਿ ਇੰਨੇ ਬਗੈਰ ਵਲਦੀ ਆ ਤੂੰ ਇੱਥੇ ਟੰਬਾ ਚਾਈ ਬਣਾ ਨਹੀਂ ਜੀ ਵਲਦੀ ਆ ਤੇ ਤੇਰਾ ਨਾਂ ਕੀ ਮੇਰਾ ਨਾਮ ਮੁਹੰਮਦ ਸਾਜਦ ਤੇ ਪਿਓ ਮੁਹੰਮਦ ਬਿਨਿਆਮੀਨ ਅੱਗੇ ਤਾਂ ਆਂਦਾ ਪਿਆ ਮੇਰੇ ਪਿਓ ਦੇ ਨਾਂ ਫੁੱਫੀ ਜੰਨਾ ਤੇ ਹੁਣ ਮੁਹੰਮਦ ਅਮੀਨ ਲੱਕੜ ਤੱਕ ਤੌਬਾ ਤੌਬਾ ਨਿਮਾਤ ਨੀਤੀ ਖਲਾਇਆ ਛੱਡ ਦੇ ਐਦੋ ਮਲੋਮੋ ਦਾ ਪੂਰੀ ਉਖਰਾਣੀ ਟੁਕਰਾਂ ਦੀ ਪੇਲੀ ਖੜਾ ਸਦਕ ਇਹ ਸਾਰਾ ਮੂੰਹ ਹੈ ਇੱਕ ਮੈਂ ਤੈਨੂੰ ਦੱਸਾਂ ਤੇਰਾ ਮੂੰਹ ਤੇ ਮੇਰਾ ਮੂੰਹ ਸੱਕੇ ਮਾਮਾ ਬਣੇ ਆ ਮਲੋਮੋ ਦੇ ਤੈਨੇ ਤੈਨੀ ਕੋਈ ਕਸੂਰ ਹੋਈ ਸਹੀ ਨਾ ਤੇ ਵਾਲ ਵੀ ਤੈ ਕੋ ਫਾਦ ਲੈ ਸ ਹਾਂ ਭਾਈ ਤੇਰਾ ਕੀ ਨਾਂ ਹੈ ਅਲਾ ਦਿੱਤਾ ਜੀ ਤੇ ਪਿਓ ਫਲਕ ਸ਼ੇਰ ਮੈਂ ਪਿਓ ਦੀ ਗੱਲ ਕੀਤੀ ਤਲਕ ਸ਼ੇਰ ਜੀ ਸ਼ੇਰ ਕਿਹੜਾ ਸ਼ੇਰ ਤਾਂ ਜੰਗਲਾਂ ਚ ਹੁੰਦੇ ਤੈਨੂੰ ਵਰਦੀ ਦੱਸੀ ਜੀ ਅੱਛਾ ਫਲਕ ਸ਼ੇਰ ਜੀ ਆਈ ਆਪਿਓ ਇੱਥੋਂ ਹਲਣਾ ਨਹੀਂ ਹੱਪ ਆਲਾ ਹਲਣਾ ਨਹੀਂ ਆ ਕਾਤਲ ਹੁਣ ਸੀ ਜ ਆਉਂਦੇ ਪੈਣ ਜਿਨ੍ਹਾਂ ਦਾ ਬੰਦਾ ਕਤਲ ਹੋਇਆ ਹੁਣੇ ਆਉਂਦੇ ਪੈਣ ਤੁਹਾਡੇ ਚ ਇੱਕ ਵੀ ਬੰਦਾ ਸਿੰਜਣੀ ਗਿਆ ਇੱਕ ਵੀ
ਜਹਿਲੇ ਚ ਨਾ ਘਿਣ ਜਲ ਸੂ ਇਥਾਂ ਫਾਸੀ ਦਾ ਹੁਕਮ ਦੇ ਤੈ ਫਾਟਕ ਰੜੀ ਕੱਟ ਦਿੰਦਾ ਬੰਦੇ ਦੀ ਬਲਕਿ ਉਹ ਜਰੀ ਛੇਕ ਲੈਂਦਾ ਇਹ ਕਰੀ ਆ ਮੜ ਦਿਓ ਅਸੀਂ ਸੀ ਆਖ ਲਾ ਉੱਤੇ ਆ ਉੱਤੇ ਚੜੀ ਸਿੱਧੀ ਆਖ ਲਾ ਅਵਾਲੇਕਮ ਸਲਾਮ ਹਾਜ਼ਰ ਹਾਂ ਜੀ ਜਿਹੜੇ ਫੌਤ ਹੋ ਜਾਣਾ ਜੀ ਇਹ ਉਹਨਾਂ ਦੀ ਬੀਵੀ ਹੈ ਤੇ ਇਹ ਬੱਚੀ ਉਹਨਾਂ ਦੀ ਜਿਹਨਾਂ ਨੇ ਅੱਖੀ ਨਾਲ ਕਾਤਲ ਨੂੰ ਡਿੱਠਾ ਇਸ ਬੱਚੀ ਅੱਖੀ ਨਾਲ ਵੇਖਿਆ ਮੈਂ ਸਾਰੇ ਮੁਜਰਮ ਇਕੱਠੇ ਕੀਤੇ ਹੋਏ ਬੱਚੀ ਸੀ ਜਾਣ ਜਾਵੇ ਮੈਂ ਉਸ ਮੁਜਰਮ ਦੀ ਓਝਰੀ ਛੇਕ ਲੈ ਸਾ ਠੀਕ ਹੈ ਜੀ ਆ ਮੂਤਾ ਕਾਰ ਖਲੋ ਚੱਲੋ ਮੇਰੇ ਨਾਲ ਤੁਹਾਨੂੰ ਸ਼ਨਾਖਤ ਕਰਾਈ ਉੱਤਾ ਮੁਕਾਰਾ ਹੈ ਮੂਤਾ ਕਾ ਇਹ ਨਹੀਂ ਅੱਛਾ ਅੱਲਾ ਤਾਂ ਇਹਨੂੰ ਛੁੱਟੀ ਹੈ ਫਾਟਕ ਤੋਂ ਬਚ ਗਿਆ ਹੈ ਇਹਨੂੰ ਪਛਾਣੋ ਉੱਤਾ ਮੁਕਾਰ ਅੱਛਾ ਅੱਲਾ ਤੋਂ ਵੀ ਬਚ ਗਿਆ ਫਾਟਕ ਤੋਂ ਐਸੋ ਫਿਰ ਸਜਾਣ ਇਹੋ ਮੈਂ ਤਾਂ ਬਲੋ ਬੋਲ ਅਜਾ ਹਡੋ ਇਹਦੇ ਮੂੰਹ ਵਾਲਿਆ ਇਹਨੂੰ ਪਛਾਣ ਹੈ ਇਹ ਵੀ ਨਹੀਂ ਅੱਛਾ ਲੋ ਅਸ਼ਾਰਾ ਕਲਾਲੀ ਦੇ ਪੋਤਰਾ ਆਏ ਇਹ ਵੀ ਨਹੀਂ ਅੱਛਾ ਲੋ ਬਾਊ ਜੀ ਵੇ ਖੜਵੰਜੀ ਉਹ ਖੜੀ ਹੋਈ ਹੁੰਦੀ ਇਹ ਤਾਂ ਨਿਮਾ ਸੀ ਬੰਦਾ ਇਹ ਤਾਂ ਹੋ ਨਹੀਂ ਸਕਦਾ ਹਾਂ ਇਹੋ ਕਾਤਿਲ ਹੈ ਕਰੀ ਅੱਗੋਂ ਅੱਠ ਅੱਗੋਂ ਅੱਠ ਹੈ ਕਰੀ ਹਾਰ ਪੱਕਾ ਸਿਜਾਣ ਲਿਆ ਇਹੋ ਹੈ ਹਲੇ ਇੰਨੀ ਹੁਣ ਲਾਂਤੀ ਆ ਅੱਗੋਂ ਲੱਗ ਅੱਛਾ ਲਾ ਆ ਬਾਜਾ ਪਰਾ ਬਾਜਾ ਸਿੱਧਾ ਸਿੱਧਾ ਇੱਥੇ ਸਿੱਧਾ ਆ ਸਿੱਧਾ ਹਾਂ ਬਾਈ ਕਿਵੇਂ ਕਤਲ ਕੀਤਾ ਜੀ ਬਾਜੀ ਮੈਂ ਕਤਲ ਕੋਈ ਨਹੀਂ ਕੀਤਾ ਜੀ ਹਾਂ ਮੈਂ ਕਤਲ ਕੋਈ ਨਹੀਂ ਕੀਤਾ ਜੀ ਬੱਚੀ ਜਿਹੜੀ ਹੈ ਕੂੜੀ ਹੈ ਹੈਂ ਇਹ ਕੰਮ ਕਰੋ ਇਹਨੂੰ ਲਾ ਚੱਲੋ ਥਾਣੇ ਤੁਸੀਂ ਵੀ ਚੱਲੋ ਮੇਰੇ ਨਾਲ ਥਾਣੇ ਇਹਦਾ ਪਿਓ ਹੀ ਮਨੇ ਸਿੰਘ ਮੈਂ ਕਤਲ ਕੀਤਾ ਹੈ ਫਾਟਾ ਕਾ ਸੱਚੋ ਬੜਾ ਗੰਦਾ ਬੰਦਾ ਇਹ ਬੰਦੇ ਦੀ ਓਜਰੀ ਛੇਕ ਲੈਂਦਾ ਓਜਰੀ ਉਹ ਲਾ ਚੱਲੋ ਥਾਣੇ ਥਾਣੇ ਲਾ ਚੱਲੋ ਥਾਣੇ ਅੱਛਾ ਲਾ ਸਿੱਧਾ ਸਾਈ ਤੇ ਕਲਾ ਬੋਰੋ ਕੋ ਬੋਲਾ ਜਾ ਆਇਓ ਦੁਆ ਸਿਪਾਈ ਜ਼ਫਰ ਕਿੱਥੇ ਸਰ ਜੀ ਤੁਹਾਨੂੰ ਫੈਲਾਂ ਚਾਵਣ ਗਈ ਆ ਅੱਛਾ ਕੋਈ ਗੱਲ ਨਹੀਂ ਹੋਈ ਆ ਬੰਦਾ ਅੱਛਾ ਭਾਈ ਹਾਂ ਭਾਈ ਹੁਣ ਕਤਲ ਮੰਨ ਮੰਨ ਕਤਲ ਆ ਕਤਲ ਕੀਤਾ ਹੀ ਨਹੀਂ ਸਰ ਜੀ ਮੈਂ ਬੇਕਸੂਰਾ ਮੈਂ ਕਤਲ ਨਹੀਂ ਕੀਤਾ ਹੋਰ ਮੈਂ ਕੀਤਾ ਕਤਲ ਉਹ ਬੱਚੀ ਸ਼ਨਾਖਤ ਕੀਤੀ ਹੈ ਹੈ ਸਰ ਜੀ ਮੈਂ ਬੇਕਸੂਰ ਹਾਂ ਮੈਨੂੰ ਨਹੀਂ ਪਤਾ ਕਿਸ ਕਤਲ ਕੀਤਾ ਅੱਛਾ ਤੂੰ ਇਹ ਕਤਲ ਨਹੀਂ ਕੀਤਾ ਆਇਓ ਆ ਮੈਂ ਇੱਧਰ ਵੇਖੇ ਨਾ ਫਾਟਕ ਨੂੰ ਅੱਗੇ ਉਹਦਾ ਫਾਟਕ ਦਾ ਨਾਂ ਕੋਈ ਨਹੀਂ ਸੁਣਿਆ ਉਹ ਤਾਂ ਬੰਦੇ ਦੀ ਉਹ ਜਿਹੜੀ ਕਾਟ ਲੈਂਦਾ ਉਹ ਫਾਟਕ ਆ ਤੂੰ ਇਹ ਕਤਲ ਕੀਤਾ ਤੇ ਚਾਹੇ ਨਹੀਂ ਕੀਤਾ ਇਹ ਮਨ ਮਨ ਕਤਲ ਕਤਲ ਮਨ ਮਨ ਕਤਲ ਪਹਿਲੂ ਆਲਾ ਕਤਲ ਮਨ ਸੱਚ ਜਦੋਂ ਮੈਂ ਕੀਤਾ ਨਹੀਂ ਮੈਂ ਕਿਵੇਂ ਮੰਨਾ ਕਾ ਕਤਲ ਕੀਤਾ ਹੋਰ ਕੀਤਾ ਕਾ ਹੈ ਆਇਓ ਪੁਰਾ ਮੇਰਾ ਕਤਲ ਕੀ ਟਾਈਮ ਹੋਇਆ ਸਾਢੇ ਬਾਰਾਂ ਵਜੇ ਜੀ ਰਾਤੀ ਕਦੇ ਆ ਰਾਤ ਨੂੰ ਜੀ ਆਇਓ ਇਹ ਰਾਤ ਨੂੰ ਤੂੰ ਕੀ ਕਹਿ ਰਿਹਾ ਦਵਾ ਤੇ ਕੀ ਕਰਨ ਦਾ ਵਾ ਤੇ ਰਾਤ ਸਰ ਜੀ ਮੈਂ ਰਾਤੀ 12 ਵਜੇ ਕਤਲ ਕੀਤਾ ਨਹੀਂ ਤੇ ਮੈਂ ਕੀ ਕਰਨ ਆਇਆ ਇੱਥੇ ਤੇ ਹੋਰ ਤੇਰੀ ਪਿਓ ਕੀਤਾ ਕਤਲ ਕਤਲ ਤੋ ਕੀਤਾ ਆ ਕੋੜੀ ਪੱਟੀ ਆ ਲਿਆ ਜੀ ਮੈਂ ਕਤਲ ਨਹੀਂ ਕੀਤਾ ਮੋੜ ਕੋ ਅੱਗ ਮੁਕ ਆ ਪਤੀ ਲੈ ਦੇ ਬੁਆ ਲੈ ਹੱਥਾ ਮੁਕ ਕਰ ਢੇਡ ਕੇ ਦਾ ਕੋੜ ਹੈ ਮਲੋ ਮੋਦ ਉੱਤੇ ਤਦੂਰ ਮੱਤੀ ਬਣਾ ਮੈਂ ਮਨਾ ਕੇ ਕਰੋ ਤਾ ਤੇਰੇ ਕੋਲ ਕਤਲ ਤੋ ਕਤਲ ਕੋਈ ਨਹੀਂ ਨਾ ਕੀ ਮੈਂ ਨਹੀਂ ਕੀਤਾ ਸਰ ਜੀ ਤੂੰ ਮਨ ਖਰ ਕਤਲ ਮੈਂ ਕੀਤਾ ਸਰ ਜੀ ਮੈਂ ਨਹੀਂ ਕੀਤਾ ਤੋ ਕਤਲ ਕੀਤਾ ਤੇ ਭਾਵੇਂ ਨਹੀਂ ਕੀਤਾ ਕਬੂਲ ਕਰ ਭਈ ਮੈਂ ਕਤਲ ਕੀਤਾ ਹੈ ਕੀਤਾ ਇਹ ਫਾਟਕ ਦਾ ਫੈਸਲਾ ਹੈ ਫਾਟਕ ਦਾ ਸਰ ਜੀ ਮੈਂ ਨਿਮਾਦੀ ਪ੍ਰੇਜ਼ੀ ਬੰਦਾ ਜਦੋਂ ਮੈਂ ਕਤਲ ਕੀਤਾ ਹੀ ਨਹੀਂ ਤੇ ਮੈਂ ਕਿਵੇਂ ਮੰਨਾਂ ਮੈਨੂੰ ਨਹੀਂ ਪਤਾ ਕਤਲ ਕਿਸ ਨੇ ਕੀਤਾ ਅੱਗਾ ਆਵਾਂ ਅੱਗਾ ਆਵਾਂ
ਤੈਨੂੰ ਪੱਕ ਹੈ ਬੰਦਾ ਹੀ ਆ ਜੀ ਆਈ ਹੈ ਜਿਸ ਕਤਲ ਕੀਤਾ ਇਹੋ ਜੀ ਮੈਨੂੰ ਇਹੋ ਲੱਗਦਾ ਕਤਲ ਗੱਲ ਲੱਗਦੇ ਤੇ ਨਹੀਂ ਇਹ ਤੈਨੂੰ ਪੱਕ ਜਾਂ ਸ਼ੱਕ ਕਿ ਆਗੜਾ ਪਿਆ ਖੜਾ ਫਾਟਕ ਨੂੰ ਕਿਉਂ ਗੜੇ ਤੇ ਚਾੜੀ ਖੜੇ ਹੋ ਕਿ ਆ ਰੋਲਾ ਤੁਹਾਨੂੰ ਆਹਾਂ ਫਾਟਕ ਤਾਂ ਬੰਦੇ ਦੀ ਉਹ ਜਰੀ ਕੱਢ ਲੈਂਦਾ ਤੂੰ ਇਹ ਕਰੀ ਸੁਣਾਣ ਚੰਗੀ ਤਰ੍ਹਾਂ ਜੀ ਮੈਂ ਸੁਣਾਣ ਇਹਦੇ ਸਿਰ ਤੇ ਵੀ ਲਾਲ ਪੱਟੀ ਉਹਦੇ ਸਿਰ ਤੇ ਵੀ ਲਾਲ ਪੱਟੀ ਇਸ ਤੋਂ ਇਲਾਵਾ ਕੋਈ ਹੋਰ ਸਬੂਤ ਤੈਨੂੰ ਯਾਦ ਹੋਵੇ ਜ਼ਹਿਰ ਦੌੜਾ ਜ਼ਰਾ ਚੰਗੀ ਤਰ੍ਹਾਂ ਫਾਟਕ ਤਾਂ ਇਹ ਕਰੀ ਬੰਦੇ ਨੂੰ ਵਿੱਚੂ ਹੋ ਕੇ ਤੇ ਵੱਜ ਜਾਂਦਾ ਬਿੱਲੋ ਇਲਾਵਾ ਖਾਲੇ ਰੰਗਦੀ ਹੈ ਨਾ ਪਾਈ ਵਧਾਈ ਅੱਛਾ ਰਾਤ ਦੇ ਟਾਈਮ ਕਈ ਲੋੜ ਪਾ ਗਈ ਆਈ ਕਾਲੇ ਰੰਗ ਦੀ ਐਨਕ ਪਾਵਣ ਦਾ ਉਦੋਂ ਰਾਤ ਦਾ ਟਾਈਮ ਤੇ ਰਾ ਆਏ ਯੈਸ ਸਰ ਇਹਦੀ ਤਲਾਸ਼ੀ ਲੈ ਜੀ ਐਨਕ ਮੌਜੂਦ ਹੈ ਜੀ ਐਨਕਾਂ ਰੰਗੀਆਂ ਐਨਕਾਂ ਬਣੀਆਂ ਵਧੀਆਂ ਨੇ ਇਹਨੂੰ ਸੁਣਾਣ ਇਹ ਹੈ ਐਨਕ ਜੀ ਆਈ ਐਨਕ ਅੱਛਾ ਜੇ ਤੂੰ ਕਾਤਲ ਨਹੀਂ ਇਹ ਲਾਲ ਪੱਟੀ ਤੇ ਇਹ ਐਨਕ ਕਿਦੂ ਆਈ ਹੈ ਹੁਣ ਫਤੀਦਾ ਪਿਆ ਤੇ ਫਾਟਕ ਤੈਨੂੰ ਚੀਰ ਛੱਡਣਾ ਹੀ ਸਰ ਜੀ ਇਹ ਐਨਕ ਤੇ ਲਾਲ ਪੱਟੀ ਮੇਰੀ ਨਹੀਂ ਹਾਏ ਹਾਏ ਬੰਦਾ ਕਾਟ ਜਾਂਦੀ ਏ ਆ ਮੈਂ ਤੇਰੇ ਡੈਡੀ ਚੋਂ ਬੰਦਾ ਕਾਟ ਲੈਣਾ ਹੈ ਹੋਰ ਕਹਿੰਦੀ ਕਹਿੰਦੀ ਲਾਲ ਪੱਟੀ ਤੇ ਐਨਕ ਜਲਦੀ ਕਰ ਦੱਸ ਸਕਦਾ ਬੰਦਾ ਕਾਟ ਵਿੱਚੋਂ ਐ ਡੈਡ ਦੇ ਸਰ ਜੀ ਉਹ ਬੰਦਾ ਨਹੀਂ ਦੱਸ ਸਕਦਾ ਉਹ ਬੰਦਾ ਮੈਨੂੰ ਮਾਰਦੇ ਸੀ ਤੇਰੇ ਸਾਹਮਣੇ ਕੋਈ ਆਮ ਬੰਦਾ ਨਹੀਂ ਖਲੋਤਾ ਫਾਟਾ ਕਾ ਸੱਚਾ ਖਲੋਤਾ ਬੰਦਾ ਦੱਸਦਾਰ ਨਹੀਂ ਸਰ ਜੀ ਆ ਬੰਦੇ ਜੀ ਅੱਛਾ ਯਾਨੀ ਇਹ ਕੱਪੜਾ ਤੇ ਐਨਕ ਇਸ ਬੰਦੇ ਦਾ ਜੀ ਸਰ ਜੀ ਤੇ ਕਾਤਲ ਹੀ ਹੋਇਆ ਨਾ ਪਰ ਇਹ ਕਿਵੇਂ ਕਾਤਲ ਹੋ ਸਕਦਾ ਯਾਰ ਇਹ ਤਾਂ ਉਹਨਾਂ ਨਾਲ ਰਲਿਆ ਪਤਾ ਸਰ ਜੀ ਮੈਨੂੰ ਨਹੀਂ ਪਤਾ ਮੈਂ ਕੱਪੜਾ ਤੇ ਐਨਕ ਇਸ ਭਾਈ ਕੋਲ ਲਈ ਪੁੱਛ ਸਕਦੀ ਉਹਦੇ ਕੋਲ ਆਇਓ ਆਇਆ ਐਨਕ ਤੇ ਕੱਪੜਾ ਇਸ ਤੇਰੇ ਕੋਲ ਲਿਆ ਜੀ ਉਹ ਅਛਾੜਾ ਇੱਧੇ ਆ ਇੱਥੇ ਸਿੱਧਾ ਔਰ ਮੈਂ ਬੇਰੇ ਆਲ ਤਵੱਜੋ ਕਰ ਪਰ ਹੱਕੀ ਦੇ ਨਾ ਅਸਲ ਗੱਲ ਦੱਸ ਆ ਕਤਲ ਕਿਉਂ ਕੀਤਾ ਕਿਉਂ ਕੀਤਾ ਕਤਲ ਕਿਆ ਜੁਰਮ ਆਈ ਉਸ ਬੰਦੇ ਦਾ ਕਿਉਂ ਕੀਤਾ ਦੱਸ ਫਾਸੀ ਤੇ ਨਾ ਬਾਦ ਦੀ ਗੱਲ ਤੇ ਫਾਸੀ ਤੋਂ ਪਹਿਲੇ ਫਾਟਾ ਕਾ ਸੱਚੋ ਤੈਨੂੰ ਇੱਥੋਂ ਫਾਤ ਤੇ ਘੁੱਟ ਕੇ ਮਾਰ ਛੱਡਣਾ ਦੱਸ ਵਜ੍ਹਾ ਕੀ ਆਈ ਕਤਲ ਕਿਉਂ ਕੀਤਾ ਕਿਆ ਗੁਨਾਹ ਆਈ ਉਹਦਾ ਗਰੀਬ ਦਾ ਜਿਹਨੂੰ ਕਤਲ ਕੀਤਾ ਇਹਦੇ ਘਰ ਵਾਲੇ ਨੂੰ ਕਿਆ ਗੜਾ ਆਈ ਤੈਨੂੰ ਇਹ ਬੜੀ ਲੰਬੀ ਕਹਾਣੀ ਹੁਣ ਮੈਂ ਤੇਰੇ ਘਰ ਬਿਸਤਰਾ ਮੰਗਵਾਏ ਬਈ ਸਾਨੂੰ ਲੰਬੀ ਕਹਾਣੀ ਸੁਣਾ ਸ਼ਾਰਟ ਕਾਟ ਕਰ ਤੇ ਕਹਾਣੀ ਥਾਂ ਸੁਣਾ ਜਲਦੀ ਸੁਣਾ ਤੇ ਸ਼ਾਰਟ ਕਾਟ ਕਰ ਬਸ ਮੈਂ ਜੀ ਇਸ ਔਰਤ ਨੂੰ ਪਸੰਦ ਕਰਦਾ ਇਸ ਔਰਤ ਨੂੰ ਤਾਂ ਤੂੰ ਪਸੰਦ ਕਰੇ ਨਾ ਉਹਨੂੰ ਕਿਉਂ ਮਾਰਿਆ ਯਾਰ ਸੂਰ ਆ ਉਹਨੂੰ ਕਿਉਂ ਮਾਰਿਆ ਉਹਦਾ ਕਿਆ ਕਸੂਰ ਆ ਉਹ ਮਰਿਆ ਤੇ ਮੇਰਾ ਨਿਕਾਹ ਹੋ ਗਿਆ ਆਇਆ ਪਿਆ ਯਾਨੀ ਤੂੰ ਉਹਨੂੰ ਇਹ ਤੇ ਸਿਰ ਤੋਂ ਹਟਾਉ ਹੈ ਤੇ ਆਪ ਸ਼ਾਦੀ ਕਰੂ ਹੈ ਤੈ ਕੋ ਹਈਆ ਇਹ ਬੁੱਢ ਕੇ ਨਹੀਂ ਮਰਦਾ ਹੈ ਉਹ ਬੁੱਢ ਕੇ ਨਹੀਂ ਮਰਦਾ ਉਹਨੂੰ ਤਾਂ ਤੂੰ ਮਾਰ ਖਤਿਆ ਔਰਤ ਕੋਲ ਪੁੱਛੇ ਉਹ ਵੀ ਤੈਨੂੰ ਪਸੰਦ ਕਰੇਂਦੀ ਹੈ ਜਾਂ ਕੋਈ ਨਾ ਹੈ ਉਹ ਡੀਵੇ ਦੇ ਮੂੰਹ ਆ ਲਿਆ ਉਹਦੇ ਸਲਾਹ ਮਸ਼ਵਰੇ ਨਾਲ ਕਤਲ ਕੀਤਾ ਜਾਂ ਇੰਨੇ ਕਤਲ ਕਰ ਛੱਡਿਆ ਐਵੇਂ ਕੀਤਾ ਇਹਦੀ ਸਲਾਹ ਵਿੱਚ ਕਾਹ ਨਾ ਮੈਨੂੰ ਉਹਦੇ ਨਾਲ ਪਿਆਰ ਆ ਉਹਦੇ ਕੋਲ ਪੁੱਛਿਆ ਉਹ ਵੀ ਤੈਨੂੰ ਪਸੰਦ ਕਰੇਂਦੀ ਆ ਕਿ ਕੋਈ ਨਾ ਕਰੇ ਨਹੀਂ ਕੋਈ ਨਾ ਕਰੇ ਤਾਂ ਮੋੜ ਤੋਂ ਕਿਉਂ ਕਤਲ ਕੀਤਾ ਹੈ ਕਿਉਂ ਕਤਲ ਕੀਤਾ ਹੀ ਹੈ ਜਦੋਂ ਤੈਨੂੰ ਪਸੰਦ ਹੀ ਨਹੀਂ ਲਾਲਤੀ ਆ ਜਦੋਂ ਤੈਨੂੰ ਪਸੰਦ ਹੀ ਨਹੀਂ ਕਰੇਂਦੀ ਤੋ ਕਤਲ ਕਿਉਂ ਕੀਤਾ ਇਹਦੇ ਨਾਲ ਮੈਂ ਕੀ ਕਰਾਂ ਦੱਸੋ ਐਸਾ ਇਹ ਜਲਦੀ ਦੱਸੋ ਫਾਟਾ ਕੋਲ ਟਾਈਮ ਕੋਈ ਨਹੀਂ ਹੁੰਦਾ ਮੈਂ ਤਾਂ ਕਹਿੰਦੀ ਹਾਂ ਇਹਦੀਆਂ ਬੋਟੀਆਂ ਬੋਟੀਆਂ ਕਰਕੇ ਕੁੱਤਿਆਂ ਨੂੰ ਪਾ ਦਿਓ ਜਿਵੇਂ ਇਹਨੇ ਮੇਰੇ ਖਾਵੰਦ ਨੂੰ ਮਾਰਿਆ ਜੱਜ ਕੋਲ ਫੈਸਲਾ ਜਾਵੇ ਜਾਂ ਨਾ ਜਾਵੇ ਇਹ ਫਾਟਕ ਦਾ ਫੈਸਲਾ ਇਹਨੂੰ ਫਾਸੀ ਤੇ ਟੰਗੋ ਪੂਰਾ 6 ਸਾਲ ਟੰਗਿਆ ਰਵੇ ਮੋਏ ਹੋਇਆ ਓਕੇ ਸਰ ਕੋਈ ਬੰਦਾ ਇਹ ਹਰਕਤ ਨਾ ਕਰੇ ਸੀ ਕਿਸੇ ਔਰਤ ਦਾ ਘਰ ਵਾਲਾ ਨਾ ਮਰੇ ਸੀ ਅੱਡਾ ਬਾਪ
दोस्तों, अगर हमारी वीडियो अच्छी लगे तो सब्सक्राइब जरूर